Subscribe Sukhjatijam Live. Press the bell icon for latest. ਜਨਰੇਸ਼ਨ ਜਵਾਨ ਹੁੰਦੀ ਹੈ ਉਹ ਉਨੀ ਕੇਅਰ ਨਹੀਂ ਕਰਦੇ, ਜਾਂ ਇਨਸਾਨ ਦਾ ਅਤੀਤ ਓਲਡ ਏਜ ਹੋਮ ਚ ਗੁਜ਼ਰਨਾ, ਜਾਂ ਫਿਰ ਤੁਹਾਨੂੰ ਪਿੰਡ ਜਾਣਾ ਪੈਣਾ। ਜਦੋਂ ਇਨਸਾਨ ਪੂਰਾ ਹੋ ਕੇ ਸਫ਼ਰ ਕਰਕੇ ਚਲੇ ਜਾਂਦਾ ਤਾਂ ਉਹਦੀਆਂ ਹੱਡੀਆਂ ਉੱਥੇ ਪੈਂਦੀਆਂ ਜਾ ਕੇ ਕੀਰਤਪੁਰ ਸਾਹਿਬ ਜਾਂ ਗੰਗਾ। ਸੋ ਕਿਰਪਾ ਕਰਕੇ ਕੋਸ਼ਿਸ਼ ਕਰਿਆ ਕਰੋ। ਰਸ਼ੀਆ 'ਚ ਇੱਕ ਬੜੀ ਕਮਾਲ ਦੀ ਕਹਾਣੀ, ਰਸੂਲ ਹਮਜ਼ਾ ਤੋਂ ਬੜੇ ਵੱਡੇ ਲੇਖਕ ਹੈ। ਉਹਨਾਂ ਨੇ ਆਪਣੀ ਭਾਸ਼ਾ 'ਚ ਲਿਖਿਆ, ਪਰ ਦੁਨੀਆਂ ਦੀਆਂ ਵੱਡੀਆਂ ਕਿਤਾਬਾਂ 'ਚ ਉਹਨਾਂ ਦੀ ਕਿਤਾਬ ਆਉਂਦੀ ਹੈ। ਕਿਤੇ ਵਕਤ ਲੱਗਿਆ ਪੜਿਓ ਮੇਰਾ ਦਾਗਿਸਤਾਨ। ਉਹਦੇ 'ਚ ਇੱਕ ਕੈਰੈਕਟਰ ਹੈ, ਇੱਕ ਮਾਂ ਦਾ ਪੁੱਤ ਬਾਹਰ ਦੇਸ਼ ਜਾ ਕੇ ਪੜ੍ਹਨ ਲੱਗ ਜਾਂਦਾ, ਇੱਥੇ ਨੌਕਰੀ ਕਰਕੇ ਗੋਰੀ ਨਾਲ ਵਿਆਹ ਕਰਾ ਦਿੰਦਾ, ਵਾਪਸ ਨਹੀਂ ਜਾਂਦਾ। ਉਹਦਾ ਇੱਕ ਦੋਸਤ ਜਾਂਦਾ ਬਹੁਤ ਸਾਲਾਂ ਬਾਅਦ, ਉਹਦੀ ਮਾਂ ਨੂੰ ਜਾ ਕੇ ਦੱਸਦਾ, ਉਹ ਕਹਿੰਦੀ ਕਿੱਦਾਂ ਦਾ ਮੇਰਾ ਪੁੱਤ? ਕਹਿੰਦਾ ਜੀ ਬਹੁਤ ਸੋਹਣਾ ਹੋ ਗਿਆ, ਜਵਾਨ ਹੋ ਗਿਆ, ਗੋਰੀ ਨਾਲ ਵਿਆਹ ਕਰਾ ਲਿਆ। ਕਹਿੰਦੀ ਅੱਛਾ ਚਲੋ ਚੰਗਾ ਹੋਇਆ। ਅੱਜ ਕੱਲ੍ਹ ਤਾਂ ਕਹਿੰਦਾ ਅੰਗਰੇਜ਼ੀ ਬੋਲਦਾ, ਉਹ ਕਹਿੰਦੀ ਆਪਣੀ ਮਾਂ ਬੋਲੀ ਭੁੱਲ ਗਿਆ, ਕਹਿੰਦਾ ਜ਼ਿਆਦਾ ਅੰਗਰੇਜ਼ੀ ਬੋਲਦਾ। ਉਹਨੇ ਉਹਦੀ ਫੋਟੋ 'ਤੇ ਹਾਰ ਪਾ ਤਾ ਫੁੱਲ, ਕਹਿੰਦੀ ਮੇਰਾ ਪੁੱਤ ਮਰ ਗਿਆ। ਸੋ ਇੱਡੀ ਵੱਡੀਆਂ ਕਹਾਵਤਾਂ ਇਤਿਹਾਸ 'ਚ ਗਵਾਹ ਹੈ, ਮਾਂ ਬੋਲੀ ਨੂੰ ਯਾਦ ਰੱਖੋ। ਮੇਰਾ ਮੰਤਵ ਇਹ ਨਹੀਂ ਕਿ ਮੈਂ ਪੰਜਾਬੀ ਗੀਤ ਗਾਉਂਦਾ, ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਤਾਂ ਇਹ ਗੱਲਾਂ ਕਰਦਾ। ਜੇ ਤੁਸੀਂ ਨਹੀਂ ਸੁਣੋਗੇ ਮੈਂ ਗੁਰਦੁਆਰੇ ਬਾਹਰ ਬੈਠ ਕੇ ਕੀਰਤਨ ਕਰਨਾ, ਜਿਹੜਾ ਮੈਂ ਤਾਂ ਗਾਉਣਾ, ਗਾਈ ਜਾਣਾ, ਜਦ ਤੱਕ ਸਾਹ ਗਾਈ ਜਾਣਾ। ਜਦ ਤੁਸੀਂ ਨਹੀਂ ਸੀ ਸੁਣਦੇ ਉਦੋਂ ਪਿੰਡ ਗਾਉਂਦੇ ਸੀ, ਜਦੋਂ ਫਿਰ ਤੁਸੀਂ ਕਹਿੰਦੋਗੇ ਜਾਂ ਵਗ ਜਾ ਫਿਰ ਗਾਵਾਂਗੇ ਸਹੀ, ਪਰ ਉਦੋਂ ਸ਼ਾਇਦ ਤੁਸੀਂ ਨਹੀਂ ਸੁਣਦੇ। ਗਾਉਣ ਦਾ ਚਸਕਾ ਮੈਨੂੰ ਇਸ ਲਈ ਨਹੀਂ ਸੀ ਕਿ ਮੈਂ ਮਸ਼ਹੂਰ ਹੋਵਾਂ, ਪੈਸੇ ਕਮਾਵਾਂ, ਵੱਡੀਆਂ ਕਾਰਾਂ ਲੈ ਲਾਂ। ਇਹ ਮੇਰਾ ਬਹੁਤਾ ਸ਼ੌਕ ਨਹੀਂ, ਮੇਰਾ ਇੱਕੋ ਸ਼ੌਕ ਹੈ, ਜਦ ਵੀ ਤੁਹਾਡੇ ਪੈਸੇ ਕਮਾਉਣਾ ਜਾਂ ਸੈੱਟ ਬਣਾ ਲੈਣਾ ਜਾਂ ਫਿਲਮ ਬਣਾਉਣਾ। ਇੱਕ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਫਿਲਮਾਂ ਘੱਟ ਕਰਦਾ। ਮੈਨੂੰ ਪਤਾ ਨਹੀਂ ਸੀ ਕਿ ਫਿਲਮਾਂ 'ਚ ਵੀ ਰਿਕਾਰਡ ਬਣ ਜਾਂਦਾ, ਕੋਈ ਕਹਿੰਦਾ ਮੇਰੇ ਵਾਲੀ 25 ਕਰੋੜ ਕਰਗੀ, ਕੋਈ 36। ਆਉਣ ਵਾਲੇ ਸਾਲਾਂ 'ਚ ਇੱਕ ਐਸੀ ਫਿਲਮ ਬਣਾਊਂਗਾ ਜਿਹੜੀ ਹਰ ਸਾਲ ਨਾਲ ਉੱਠ ਕੇ ਸਵੇਰੇ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਇਆ ਕਰੋਗੇ। ਇਹ ਤੁਹਾਡੇ ਨਾਲ ਮੇਰਾ ਵਾਅਦਾ। ਮੈਂ ਇੱਕ ਐਸੀ ਫਿਲਮ, ਸ਼ਾਇਦ ਉਹਦਾ ਬਜਟ ਬਹੁਤ ਵੱਡਾ, ਉਹ ਹਾਲੀਵੁੱਡ ਦੀਆਂ ਫਿਲਮਾਂ ਦੇ ਮੁਕਾਬਲਤਨ ਫਿਲਮ ਹੈ, ਸ਼ਾਇਦ ਮੈਂ ਅਜੇ ਉਹਦੇ ਲਈ ਕੋਸ਼ਿਸ਼ ਕਰ ਰਿਹਾ। ਕੋਈ ਸੱਜਣ ਹੋਵੇ ਸ਼ੌਕ ਰੱਖਦਾ, ਜਿਹਦੇ ਅੰਦਰ ਇਹ ਲਲਕ ਹੋਵੇ ਕਿ ਸਰਦਾਰ ਕਿਆ ਹੁੰਦਾ, ਮੈਂ ਉਹ ਫਿਲਮ ਬਣਾਉਣੀ ਚਾਹੁੰਦਾ। ਮੇਰੀਆਂ ਫਿਲਮਾਂ 'ਚ ਸਰਦਾਰ ਕਦੇ ਵੀ ਕਮੇਡੀਅਨ ਨਹੀਂ ਹੋਊਗਾ। ਮੇਰੇ ਲਈ ਸਰਦਾਰੀ ਪੈਸੇ ਕਮਾਉਣ ਦਾ ਸਾਧਨ ਨਹੀਂ, ਮੇਰੇ ਲਈ ਸਰਦਾਰੀ ਇੱਕ ਮਣਕ ਹੈ, ਜਿਹਨੂੰ ਇਸ ਮੁਲਕ ਦੀ ਸੈਨਾ ਵੀ ਮੰਨਦੀ ਹੈ ਕਿ ਦੁਨੀਆ 'ਚ ਇੱਕੋ ਮੁਲਕ ਦੇ ਫੌਜੀ ਹੋਏ ਹੈ ਜਿਹਨਾਂ ਨੇ ਵਾਰ ਦੇ ਦੌਰਾਨ ਕਿਸੇ ਔਰਤ ਨਾਲ ਬਦਤਮੀਜ਼ੀ ਨਹੀਂ ਕਰੀ, ਕੋਈ ਬਲਾਤਕਾਰ ਨਹੀਂ ਹੋਇਆ, ਇੱਕੋ ਕੌਮ ਹੈ। ਸੋ ਮੈਂ ਸਰਦਾਰੀ ਨੂੰ ਉਸ ਮੁਕਾਮ 'ਤੇ ਦੇਖਣਾ ਚਾਹੁੰਦਾ ਜਿੱਥੇ ਅੰਗਰੇਜ਼ਾਂ 'ਚ ਬੈਠ ਕੇ ਮੈਂ ਪੰਜਾਬੀ 'ਚ ਕਹਾਂ ਕਿਵੇਂ ਹੈ, ਜੋ ਕਹਿ ਵਟਸਐਪ ਮੈਂ ਕਹਿਣਾ ਚੱਲ ਫਿਰ ਪੰਜਾਬੀ ਸਿਖਾਵਾਂ ਤੈਨੂੰ, ਕਹਿ ਡਰ ਚੱਕ।